ਸਸਿਕਾ ਬਾਈ ਜੀ ਸਾਰਿਆਂ ਨੂੰ ਜੀ ਤੇ ਅੱਜ ਲੱਗੇ ਹੋਏ ਜੀ ਗੰਨੇ ਦੀ ਬਿਜਾਈ ਕਰਨ ਕਿੰਦਾ ਬੀਜਦਾ ਜੀ ਕਿੰਦੇ ਨੂੰ ਥੋੜਾ ਜਿਹਾ ਕੰਮ ਦਾ ਜੀ ਰੋਪੜ ਆਪਣੀ ਫੈਮਿਲੀ ਨੂੰ ਲੈ ਕੇ ਗਿਆ ਬਾਈ ਜੀ ਘਰਦਿਆਂ ਨੂੰ ਸਾਰੇ ਗਏ ਹੋਏ ਆ ਕੰਮ ਆਉਣਾ ਜੀ ਕੋਈ ਤੇ ਬਾਕੀ ਉਹਨੇ ਮੈਨੂੰ ਫੋਨ ਕਰਿਆ ਤਾ ਜੀ ਸਵੇਰੇ ਕਹਿੰਦਾ ਵੀ ਬਾਈ ਕਹਿੰਦਾ ਆਪਣੇ ਲੇਬਰ ਆਈ ਹੋਈ ਆ ਕਹਿੰਦਾ ਗੰਨੇ ਵਾਲੀ ਮੈਂ ਵੀ ਉੱਧਰ ਇੰਜਣ ਚਲਾਉਣਾ ਤਾ ਜੀ ਅਜੇ ਟੋਬੇ ਨੂੰ ਫਿਰ ਮੈਂ ਉਹਦੇ ਕਰਕੇ ਅੱਜ ਮੈਂ ਚੱਲ ਕੋਈ ਨਾ ਮੈਂ ਕੱਲ੍ਹ ਲਾ ਦੂੰਗਾ ਪਾਣੀ ਉਹ ਕਹਿੰਦਾ ਮੇਰੇ ਸਿਆੜ ਕੱਢਦੀ ਕਹਿੰਦਾ ਵੀ ਕਹਿੰਦਾ ਨਹੀਂ ਯਾਰ ਮੈਨੂੰ ਲੇਬਰ ਕਹਿੰਦਾ ਮੇਰੀ ਕਣਕ ਲੇਟ ਹੋਈ ਜਾਂਦੀ ਹੈ ਮਿਲਦੀ ਨਹੀਂ ਹੈਗੀ ਮੈਂ ਚੱਲ ਕੋਈ ਨਾ ਭਾਈ ਵੀ ਮੈਂ ਕੱਢ ਦੂੰਗਾ ਸਿਆੜ ਉਹਦੇ ਸਿਆੜ ਕੱਢਣਾ ਆਇਆ ਹੋਇਆ ਤਾ ਜੀ ਉਰੇ ਬਾਕੀ ਕਹਿੰਦਾ ਲੱਗੇ ਹੋਏ ਜੀ ਬੀਜਣ ਲੇਬਰ ਲੱਗੀ ਹੋਈ ਹੈ ਜੀ ਉਹਦੇ ਹੈਲੋ ਬਾਕੀ ਇੱਕ ਸਾਈਡ ਤਾਂ ਜੀ ਸਿਆੜ ਨਿਕਲ ਗਏ ਅੱਧੇ ਕਿੱਲੇ ਦੇ ਇਹਦੇ ਉੱਪਰ ਰਹਿ ਗਿਆ ਜੀ ਕਿੱਲਾ ਇਹਦੇ ਲੱਗਿਆ ਵਾ ਜੀ ਕੱਢਣ ਸਿਆੜ ਬਾਕੀ ਉਹਦੇ ਬਾਅਦ ਦੇਖਦੇ ਆ ਟੋਬੇ ਜੇ ਟਾਈਮ ਬਚਿਆ ਫਿਰ ਤਾਂ ਇੰਜਣ ਚਲਾਵਾਂਗੇ ਵੀ ਨਹੀਂ ਫਿਰ ਕੱਲ੍ਹ ਚਲਾਉਂਗੇ ਇੰਜਣ ਬਾਕੀ ਗੰਨੇ ਵੀ ਪਾਣੀ ਮੰਗਦੇ ਆ ਹੁਣ 238 ਗੰਨਾ ਬੀਜਿਆ ਬਾਈ ਨੇ ਤਾਂ ਇਹ ਬੀਜਣਾ ਹਾਂ ਕਿਹੜਾ ਬੀਜਣ ਲੱਗਾ ਹੁਣ ਤੂੰ ਵੀ ਉਹੀ 38 ਉਹ ਪੰਮੇ ਦੇ ਵੀ ਪੰਮੇ ਦੇ ਲੈਣਾ ਬਾ ਠੀਕ ਆ ਕੋਈ ਨਾ ਬਾਕੀ ਦੇਖਦੇ ਆ ਜੀ ਹੁਣ ਚੱਲਦਾ ਇਹ ਕੰਮ ਕੱਢਦੇ ਆ ਸਿਆੜੀ ਦੇ ਹੁਣ ਬਾਕੀ ਜੀ ਇਹਦੇ 'ਚ ਆਪਾਂ ਨੇ ਜੀ ਗੋਭੀ ਸਰੋਂ ਵੀ ਬੀਜਦੇ ਕਈ ਵੀਰ ਆਪਣੇ ਵੀ ਗੋਭੀ ਸਰੋਂ ਦਾ ਛਿੱਟਾ ਦੇ ਕੇ ਸਿਆੜ ਕੱਢ ਦਿੰਦੇ ਆ ਤਿੰਦੇ ਨੇ ਕਣਕ ਬੀਜੀ ਹੈ ਜੀ
इन्हें पपूलर लाने जी बिच, इन्हें पहला कणक का छिट्टा दिता जी, उदन अपने ब्लॉग बनाया तो कणक बीजती, बस हूँ स्याड़ कटते जी, गन्ना बीज के सुहागा मार देना जी, ये पर वधिया कणक जमी होनी जी, है ना। बाकी गन्ना भी बाद में वधिया होना, वो तुसी बाद में ब्लॉगों अपने चली जाना भी जिदन जमया गन्ना उस हिसाब नाल, पर गन्ना हले लेट निकलना जी, ये कणक बड्डे तो गन्ना निकलना है, सरों वाला गन्ना थोड़ा जिहा निकले हुंदा जी पहला, ਇਹ ਤਾਂ ਵੀ ਜਦ ਕਣਕ ਵੱਢ ਹੋ ਗਈ ਉਹ ਤੋਂ ਬਾਅਦ ਗੰਨਾ ਨਿਕਲਣ ਲੱਗਦਾ ਜੀ, ਜਿਹੜਾ ਹੁਣ ਤਾਂ ਬੀਜਣਾ ਜੀ ਆਪਾਂ ਨੇ ਕੱਤਕੀ ਗੰਨਾ ਕਹਿ ਦਿੰਦੇ ਆ, ਹੈ ਥੋੜ੍ਹਾ ਜਿਹਾ ਲੇਟ ਹੀ ਕਰਤਾ ਜੀ, ਇਹਨੇ ਵਿਆਹ ਕਰਕੇ ਥੋੜ੍ਹਾ ਜਿਹਾ ਲੇਟ ਹੋ ਗਿਆ ਇਹ, ਬਾਕੀ ਕੋਈ ਨਾ ਵਧੀਆ ਹੋ ਜਾਣਾ ਜੀ ਇਹ, ਅਤੇ ਬਾਕੀ ਕੱਢਦੇ ਜੀ ਥੋੜ੍ਹੇ ਜਿਹੇ ਰਹਿ ਗਏ ਬਸ, ਸਿਆੜ ਕੱਢ ਕੇ ਮੈਂ ਵੀ ਚੱਲਿਆ ਜੀ ਘਰ ਨੂੰ, ਬਾਕੀ ਇਹਨਾਂ ਨੇ ਬੀਜ ਦੇਣਾ ਜੀ ਪਈਆਂ ਨੇ ਗੰਨਾ ਫਿਰ। ਲਓ ਜੀ ਹੁਣ ਆਪਾਂ ਪਹੁੰਚ ਗਏ ਗੁਰਪ੍ਰੀਤ ਦੇ ਖੇਤਾਂ 'ਚ, ਇਹਦੀ ਕਣਕ ਬੀਜ ਰਿਹਾ, ਅੱਜ ਆਪਣੀ ਕਣਕ ਬੀਜਦਾ ਜੀ ਇਹ, ਕਰਦੇ ਹਾਂ ਵਾਰਤਾਲਾਪ ਦੇਸੀ ਸ਼ੈਫ ਮਾਲਾ। ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ, ਕਣਕ ਬੀਜਣ ਲੱਗੇ ਹੋਏ ਬਾਈ ਆਪਣੀ, ਅੱਜ ਆਪਣੀ ਬਾਈ ਆ ਗਈ ਹੈ, ਹਾਂ ਅੱਜ ਆਪਣੀ ਵਾਰੀ ਆ ਗਈ ਬਾਈ, ਬੀਜ ਹੋ ਗਿਆ ਆਹੀ ਰਹਿ ਗਿਆ ਥੋੜ੍ਹਾ ਜਿਹਾ, ਬਾਕੀ ਉੱਧਰ ਰਹਿੰਦਾ ਉਹ ਕੱਲ੍ਹ ਹੀ ਬੀਜੂੰਗਾ। ਚੱਲ ਚਾਹ ਚੂ ਪੀ ਪਿਆ ਜਾ, ਆ ਜਾ ਚਾਹ ਪੀ ਲੈ ਤੂੰ, ਉਹ ਸ਼ਾਮ ਆ ਜਿਮ ਕਰ ਲਾ ਉੱਥੇ ਨੂੰ। ਉਹ ਕਿਆ ਹੋ ਗਿਆ ਤੇਰੇ ਫੋਨ ਨੂੰ ਭਾਈ? ਫੋਨ ਚੱਲਦਾ ਹੀ ਨਹੀਂ ਜੀ, ਉਹ ਬੰਦ ਹੋ ਗਿਆ। ਬੰਦ ਕੈਸੇ ਹੋ ਗਿਆ? ਕਾਲਿੰਗ ਮਲਕੀਤ ਬਾਈ ਨੇ ਫੋਨ ਦਿੱਤਾ ਬਾਈ, ਇਹਨੂੰ ਕਹਿੰਦਾ ਫੋਨ ਬੰਦ ਹੋ ਗਿਆ ਚੱਲਦਾ ਚੱਲਦਾ। ਕਿਆ ਹੋ ਗਿਆ ਫੋਨ ਦਿਖਾ ਲਿਆ, ਦਮ ਆਪਣਾ ਉਹ ਨਹੀਂ ਹੈ ਮੁੰਡਾ, ਉਹ ਸਰਖਾਨੀ ਕਰ ਦਿਆ। ਕਿਸ ਦਾ ਮੁੰਡਾ? ਇਸ ਦਾ ਭਤੀਜਾ। ਇਸ ਦਾ ਭਤੀਜਾ ਆਏ ਦਾ ਔਨ ਨਹੀਂ ਹੋ ਰਿਹਾ? ਨਹੀਂ ਫੋਨ ਨਹੀਂ ਲੱਗਦਾ ਹੈ। और सब कुछ चलता है, खाली फोन नहीं लगता है। पाव जी काला जा यार, देख फट देख दे खड़ दे बाद बैठ दे मन फिर देखदा ना, चाह पाला पानी पाला, थक गया भाई। 10-12 दिन हो गए, सवेरे 8 बजे बह जाता, शाम को 8 बजे जाता ट्रैक्टर पर। ਦੇਸੀ ਸ਼ੈਫ ਤੇ ਵੀਡੀਓ ਵੀ ਤਾਂ ਹੀ ਨਹੀਂ ਆ ਰਹੀ ਹੈ, ਤਾਂ ਹੀ ਨਹੀਂ ਆ ਰਹੀ ਬਾਈ, ਸੀਜ਼ਨ ਆ ਬਾਈ, ਕਿਆ ਕਰੀਏ। ਲੋਕਾਂ ਨੇ ਮੈਂ ਬੀਜਿਆ ਆਪਣੀ, ਅੱਜ ਬੀਜਣ ਲੱਗਿਆ ਉਹ ਬਾਪੂ ਗਾਲਾਂ ਕੱਢਦਾ, ਕਹਿੰਦਾ ਲੋਕਾਂ ਨੇ ਬੀਜੀ ਜਾਂਦਾ ਆਪਣੀ, ਹਜੇ ਬੀਜੀ ਨਹੀਂ ਹੈਗੀ, ਹਜੇ ਗੰਨਾ ਲਾਉਣ ਨੂੰ ਪਿਆ, ਕੰਮ ਬਹੁਤ ਪਿਆ ਹਜੇ। ਗੁੜ ਵਾਲੀ ਚਾਹ ਨਾ, ਇਹ ਗੁੜ ਵਾਲੀ ਚਾਹ, ਉਹ ਤੱਕ ਆਉਂਦੀ ਆ ਖੁਸ਼ਬੂ ਗੁੜ ਦੀ, ਸ਼ੱਕਰ ਕਹਿ, ਆਹੋ ਗੁੜ ਸ਼ੱਕਰ ਦਾ। ਮੈਂ ਅਜੇ ਡੋਲੀ ਜਿਹਾ ਪੀ ਲੈਣੀ, ਅੱਗੇ ਹੁੰਦੇ ਦੇਖੋ ਸਵਾਦ ਬਹੁਤ ਲੱਗਦੀ। ਰਾਤ ਦੁੱਧ ਪੀਤਾ ਘਰਦਿਆਂ ਨੇ, ਸ਼ੱਕਰ ਪਾ ਕੇ ਦਿੱਤਾ ਦੁੱਧ, ਮੈਂ ਵਾਪਸ ਲੈਣ ਗਿਆ ਹੋਰ। ਗੁਰੂ ਜੀ ਡੈਕ ਆ ਲਾਇਆ ਬਾਈ, ਉਰੇ ਲੱਗਿਆ ਵਾ ਡੈਕ। ਬਰਾਸ਼ਾ ਦਾਣੇ ਸਾਫ ਕਰਨੇ ਰੱਖਿਆ ਵਾ, ਇਹ ਲੱਗਿਆ ਬਾਈ 16,000 ਦਾ, 3 ਬੇਸਾਂ ਇੰਚ, ਇਹ ਬੇਸਾਂ ਮੇਰੀਆਂ ਸੋਨੀ ਦੀਆਂ, ਅਤੇ ਉਹ ਬਾਈ ਸਪੀਕਰ ਲਾ ਗਿਆ, 2 ਇੱਧਰ ਸਪੀਕਰ, 2 ਇੱਧਰ, ਇੱਕ ਫਰੰਟ 'ਚ, 2 ਟਿਊਟਰ, ਬਕਸਾ ਡੈੱਕ ਸਾਰਾ, ਉਹਦਾ 16,000 ਰੁਪਏ ਲਿਆ ਉਹਨੇ, ਮੇਰੇ ਫਿਟਿੰਗ ਫੁਟਿੰਗ ਕਰ ਗਿਆ, ਘਰੇ ਕਰਕੇ ਗਿਆ, ਬਹੁਤ ਵਧੀਆ ਚੱਲਦਾ। 2 ਸਪੀਕਰ ਮੈਂ ਖੋਲ੍ਹਤੇ, ਇਹ ਚੱਲਦਾ।
ਚੱਲ ਮੈਂ ਦੇ ਲਵਾਂ ਫਿਰ ਜੇ ਮੜਾ ਜੀ ਕਿਹੜੇ ਚਾਰ ਕੇ ਸੈਡਾ ਘਮਾ ਦਵਾਂ ਯਾਰ ਦਾਣੇ ਹੈ ਨਹੀਂ ਤੇਰੇ ਕੋਲ ਨਹੀਂ ਜੀ ਆ ਮੈਂ ਸਾਰੇ ਗੁੰਡੇ ਗੁੜ ਦੇ ਅਭੀ ਇਸਮੇ ਦਾਣਾ ਨਹੀਂ ਹੈ ਉਹੀ ਚ ਤਾਂ ਦਾਣੇ ਡੈਡੀ ਲਿਆਉਂਦਾ ਤੂੰ ਉਹ ਕਰ ਦੇ ਹਾਂ ਮੈਂ ਗੁੜ ਰਹਾ ਹਾਂ ਗੁੜ ਦੇ ਸਾਰੇ मिलो जी अमनदीप सिंह नूं उहदे अपने बेइज्जती कण के बीज रहे हले अजे शुरुआतां शुरुआत करी हले डाई नहीं मिलदा एन बी के अद्धा थैला पा रहे डाई जी अज लगे कणक बीजन स्टार्टिंग करती अज पहला बीज बीज रहे अपा बरबड़ बरबड़ का बरबड़ बीज दो बीज बीजने एक 725 एक बरबड़ लोग तो कहते बरबड़ पुराना बीज है बीजो ना पुराना का वधिया यार बीज माड़े खेतों चलता वधिया वधिया झाड़ दिंदा यार जे माड़े खेत आ बाकी अपा 700 बीज 725 बीज ये एक दो नवे बीज आपने गाहों बीज तैयार कर लेने एक 303 एक 222 ये बीज लिया गाहों देखा भी क्या औसत कढ़ते हैं गाहों फिर वह बीज बधा देंगे 725 बीज दो तीन साल हो गए बीजते हैं वधिया बीज आए चार ठीक निकल हाँ एक्टी पर बिजाई थोड़ा लेट हो गए ब्याह करके ब्याह दो ब्याह तो अलज गए थोड़ा जहा उस करके बिजाई थोड़ी लेट ही हो गई लेट भी नहीं है वैसे ठीक है हले भी बिजाई चल रही है बस दो दिन का काम है कणक की बिजाई का काम बहुत लंबा होंगे बीज पाई जाने बस मशीन करी जाती बूटा बीटर लिया बूटा बीटर नहीं रिश्तेदार ला बेचता अपन अपने बेचता अपने रूला भी नहीं है मगर रूला भी था रूला हाँ सारा कुछ ना ही देता जो कुछ है रिश्तेदार का लिया हुआ यही शक्तिमान वाले का वह भी शक्तिमान का बजाई ठीक करता हाँ बजाई ठीक है बापू लाया बहुत हाँ बापू कहना मैं भी इदा तो ना फिर चैक चुक कर लूंगे भी किले च कि बीज गिर वो मिण मुड़ के असं पाता फिर उस हिसाब न मशीन गिरी जाऊंगी हम पता लग जाऊंगा एक किलो ज एक किले च अपने कणक का बीज अपने मिण के पाता तो पता लग जू भी कि गिर कि डाया कि पाया डाया अद्धा थैला डाए का एक सुपर का डाया मिलिया ही सानू साडा स्टैडी खाता नहीं था जिदा खाता था स्टैडी उन्हें चक लिया साडा देखते हम गां खिलाने जे बाकी माड़ा मोटा घट गया वो अपने सुपर पा देना हूँ डाया तो गीजे को डाया लोग तो आप मंगते हैं डाया तो कमेंट फिर आप डाया हूँ पांच सत्त दिन दस दिन तक वाधू हो जाना फिर अपने पहले पानी से पहला अद्धा अद्धा थैला जेड़े खेत नहीं गिरे डाया अपने उच्च पा देना पानी से पहला पा दूंगे उस पा दूंगे अपने हर्षवीर का ट्रैक्टर लिया बीज बूज खातर रेह खातर चक थल करनी औखी थी हर्षवीर कहना ट्रैक्टर वेला ही होना लिया देना ही लगे गन्ना बीजन है तिंदा है नहीं हर्षवीर बीज आओ सियाड़ कढ़न लग्या कहना मैं वधिया बंदे मिल गए पहला कहंदे ते बिजाई भाई दो दिन रुक जा ऐसे है डैडी ने कहा फिर अपने बंदे मोटर को रहने फिर उन्होंने कहा फिर कहने बीज दें आई पहले नंबर ला लें लगे हुए फिर मैं उन्होंने कहा था मैं ब्याह ते बाद च तिंदे नंबर रखियो फिर मानते ही तो होर कम फड़ लिया था उन्होंने इन्होंने दस्या नहीं फिर चल हूँ लग गया टाइम फिर कहना गिल सुक दी आ इन्हें कणक बीजी का सर कणक कणक बीजी है बिचे पहला सरों कहना हाँ बूटे लाने बूटे लाने बूटे लाने
ਬਾਕੀ ਕੀਲਾ ਜਵੀ ਬੀਜੀ ਹੋਈ ਆਪਾਂ ਨੇ ਉਹ ਜਵੀ ਜੁਵੀ ਵੱਢ ਕੇ ਫਿਰ ਗੰਨਾ ਬੀਜੂਗੇ ਕੀਲਾ ਹੋਰ ਵਧਾ ਦੇਣਾ ਆਪਾਂ ਨੇ ਗੰਨਾ ਦੇ ਗੰਨੇ ਦਾ ਗਾਹਾਂ ਨੂੰ ਉਹ 'ਚ ਬੂਟੇ ਲਾ ਦੇਣੇ ਉਹ ਖਾਸੀ ਗੰਨਾ ਆਉਣੇ ਖਾਸੀ ਗੰਨਾ ਬੀਜਣਾ ਖਾਸੀ ਡੰਗਰਾਂ ਡੁੰਗਰਾਂ ਦਾ ਹੀ ਹੁੰਦਾ ਉਹ ਤਾਂ ਜ਼ਿਆਦਾ फिर नुकसोर फट्टा ओवी चकाता उपर बाकी अपा ने पहला तविया ना दूर करता था एन खेत बन गए भाई वधिया एन रूटावेटर ना कणक की बिजाई कर रहे हैं है सुपर फीडर 3000 रुपया रेट आ सुपर फीडर का इन तेल नहीं लगना दूर करके आ रूटावेटर ने कणक बीजिया बट्टा पातियाँ दिल्ले ये ना अपना हूँ है डैडी कहना था कहना आप ही बजा लें सुपर फीडर ना मैं क्या लोड़ आ वेले ही अपना हौली हौली बीज लूंगे क्या होने लग्या बत्ते 1500 का तेल लग जू 1500 सफाई पूरी आ सफाई क्या ये मूड है ट्रैक्टर अपना हाँ अपना ट्रैक्टर अपना काम आ हौली हौली बीज लूंगे सुपर फीडर ने एक दिन भी इदा नहीं चल मन पैसे ही पैसे तो है ਬੰਦੇ तेल घट गया हूं रेट भी घटाऊंगे 15 रुपए का फर्क पै गया 85 रुपए का हां 84 रह गया 84 रह गया 15 रुपए का फर्क पै गया फोन चले गया था वोटा घटना हुन ता और घटूंगा हां जी घटूंगा और 112 पता नहीं बिहार से अच्छा बिहार में टैक्स ज्यादा बीज दिखाई भाई बरबड़ बीज आ देखो क्या कमी है इच बीज बेशक पुराना हो गया होवे छड्या नहीं पर अपा ने अपा ए आए देख ला जीरी आ 121 बीज कितना पुराना हो गया अपा ओ नहीं छड़ देगे यार जमीन दे हिसाब नाल जमीन दे हिसाब नाल भाई अपने अपने फर्क आ जी लोट लादा गला ओही बीज जमीन च मारू जमीन च ता कामयाब मारू जमीन च कामयाब हां जी बरबड़ ਲੜਾਈ ਪੂਰੀ ਕਰੀ ਵੀ ਆ ਦੇਖੋ ਜੀ ਲੜਾਈ ਪੂਰੀ ਟਰੈਕਟਰ ਹੌਲੀ ਹੌਲੀ ਲੈ ਕੇ ਆਏ ਆ ਹਲਕਾ ਹੈਗਾ ਟਰੈਕਟਰ ਵੇਖੀ ਸਾਲਾ ਮਾਰਦਾ ਹੁਣ ਮੈਂ ਤਾਂ ਜਿੰਨਾ ਲੱਦਿਆ ਹੋਇਆ ਤਾਂ ਪਹਿਲਾਂ ਬਣੇ ਮਗਰ ਪਾਇਆ ਹੋਇਆ ਤਾਂ ਧੱਕਾ ਵੀ ਲਵਾ ਤਾਂ ਸੱਜ ਰਹੀ ਨਹੀਂ ਕਦ ਧੱਕਾ ਸਟਾਰਟ ਨਹੀਂ ਹੋਇਆ ਸਟਾਰਟ ਨਹੀਂ ਹੋਇਆ ਫੇਰ ਧੱਕਾ ਲਵਾਏ ਮੈਂ ਰਿਆ ਮੈਂ ਧੱਕਾ ਲਾਦਾ ਫਿਰ ਖੜਾ ਤਾਂ ਨਾ ਦੋ ਦਿਨ ਹੋ ਗਏ ਹੁਣ ਸਿਆਲ ਸਿਆਲ ਇਹਨਾਂ ਨੇ ਆਈ ਕੁਝ ਕਰਨਾ ਟਰੈਕਟਰਾਂ ਨੇ ਖੜੇ ਰਹਿਣਾ ਇਹਨਾਂ ਨੇ ਕੰਮ ਨਹੀਂ ਹੈਗਾ ਕੋਈ ਬਸ ਇਹਨਾਂ ਨੇ ਇਹੀ ਕਰਨਾ ਕਿਸੇ ਨੇ ਕਹਿਣਾ ਲਿਆ ਟਰੈਕਟਰ ਧੱਕਾ ਲਵਾਈ ਬਾਈ ਆਈ ਆਏ ਹਾਂ ਹਾਂ ਦਿੱਲੀ ਨੂੰ ਜਾਣਾ ਹੈ 26 ਦੇ ਪਹਿਲਾਂ 26 ਦੇ ਬਾਅਦ ਜਾਵਾਂਗੇ 26 ਨਵੰਬਰ 26 ਨੂੰ ਸਾਲ ਹੋ ਜਾਣਾ ਸਾਲ ਬਾਈ ਸਾਲ ਜਦਾਂ ਹੀ ਰਹਿ ਗਿਆ ਨਾ ਸਾਲ ਹੋ ਗਿਆ ਦੇਖ ਲੈ ਬਾਈ ਪਤਾ ਹੀ ਨਹੀਂ ਲੱਗਿਆ 26 ਹੋ ਗਿਆ ਦੇਖ ਲੈ ਹਾਂ ਸਰਕਾਰ ਕੁਝ ਨਹੀਂ ਕਰ ਰਹੀ ਦੇ ਸਾਲ ਹੋ ਗਿਆ ਬੱਚਾ 9 ਮਹੀਨੇ ਰਿਕਾਰਡ ਤੋੜਦਾ ਬਾਈ ਸਰਕਾਰ ਨੇ ਹੈ 9 ਮਹੀਨੇ ਦਾ ਰਿਕਾਰਡ ਤੋੜਤਾ 1907 ਚ ਹੋਇਆ ਦਾ ਪੰਜ ਸਿੰਘ ਦੇ ਚਾਚਾ ਦਾ ਪਿਤਾਈ ਨੇ ਹੈਨਾ ਬਾਪੂ ਨੇ ਉਹਨਾਂ ਨੇ 1907 ਵਿੱਚ ਪਗੜੀ ਪਾ ਜੱਟਾ ਨਾ ਉਹ ਤੇ ਅੰਗਰੇਜ਼ ਤੇ ਉਹ ਤਵੀ ਹੋ ਗਏ ਤੇ ਨੀਵੇਂ ਇਹ ਆਪਣੇ ਲੋਕ ਨਹੀਂ ਹੁੰਦੇ ਆਪਣੇ ਨਹੀਂ ਹੁੰਦੇ ਬਾਈ ਧੌਣ ਚ ਗੋਡਾ ਵਾਲੇ ਇਹਨਾਂ ਨੇ ਅੜਿਆ ਹੋਇਆ ਉਹ ਕੱਢਣਾ ਬਸ ਕੋਈ ਬੈਠੇ ਆ 2 ਸਾਲ ਹੋਰ ਬਹਿ ਜੂਗੇ 24 ਤੱਕ ਬੈਠੇ ਆ ਅੜੇ ਹੋਏ ਬਾਕੀ ਸਾਡੇ ਬਜ਼ੁਰਗਾਂ ਦਾ ਬੀਬੀਆਂ ਦਾ ਬਹੁਤ ਸਾਥ ਆ ਬਾਈ ਉਹ ਜਿਹੜੇ ਬੈਠੇ ਆ ਨੌਜਵਾਨ ਤਾਂ ਆਪਣੇ ਘਰਾਂ ਨੂੰ ਆ ਕੇ ਬੈਠੇ ਵੀ ਆਏ ਚੱਲ ਮੰਨੇ ਆ ਕੰਮ ਕਾਰ ਕਰਨ ਆ ਗਏ ਲੰਘਣਾ ਵਾਪਸ ਨਿਬੇੜ ਕੇ ਹੁਣ ਦੇਖੀ ਭੀੜ ਕਿਣਾ ਪੈਣੀ ਆ ਠੰਡ 'ਚ ਕਾਂਗ 'ਚ ਵਿਹਲੇ ਹੁਣ ਵਿਹਲੇ ਆ ਹੁਣ ਦੇਖੀ ਪਹਿਲਾਂ ਵਾਂਗ
ਕੱਠ ਵੱਧ ਜਾਣਾ ਪੂਰਾ ਪਿਛਲੇ ਸਾਲ ਵਾਂਗ ਹੋ ਜਾਣਾ ਪੂਰਾ। चार दिन हो गए और ना क्या है मैं ब्याह ही नहाता हुआ लगता और लड़ा दे भाई फट के ਨਿਊਰੀ ਲਿਆਉਂਦੇ ਪਾਣੀ ਉਹ ਫਾਰਮ ਬੰਨਾ ਹੈ ਪਾਣੀ ਨਲਕਾ ਹੈਗਾ ਬਾਬਿਆ ਇੱਥੇ ਨਾਲ ਡੈਕ ਲਾਇਆ ਤਾਂ ਡੈਡੀ ਨੇ ਆਪਣੇ ਪੁਰਾਣੇ ਰਿਕਾਰਡ ਹੈ ਜਗਨੇ ਜੱਟ ਸੁਣਾ ਕੋਈ ਗੱਲਬਾਤ ਕਹਿੰਦੇ ਸੁਣਾ ਗੱਲਬਾਤ ਕਿਹਾ ਹੈ ਸਵੇਰ ਦਾ ਇੱਕ ਕਿੱਲਾ ਕਣਕ ਦਾ ਬੀਜਿਆ ਹੈ ਪਹਿਲੇ ਦਿਨ ਤਾਂ ਇਹੀ ਕੰਮ ਹੁੰਦਾ ਹਾਂਜੀ ਹਾਂਜੀ ਸ਼ੁਰੂਆਤ ਮੈਂ ਤਾਂ ਕੁਝ ਨਾ ਕੁਝ ਹੁੰਦਾ लो जी हुण दूए खेत च आ गए उधर आपां बीजे आए चार किले अपने कणक दे बिजाई हो गए साढ़े ग्यारह क बजे लगे थे आपां टाइम चार क बज गए हुण चार किले बीज हो गए अपने अपनी जिहड़ी आहती बरबड़ती बीज ये आपां ने इन्ने क बीजे चार किले हूँ आप 725 की बिजाई शुरू करी हुई है वह बीज रहे बापू लग्या बीजन बापू गया तो पहला शहर कम तो माड़ा जा उत्थे गया तो मैं लग्या था बीजन बापू आ गया हूँ बापू लग्या बीजन तो बाकी आप जो खूंजे रह जाने उत्थे छिट्टा दे देने छिट्टा दे जाने जो रूटावेटर चलता माड़ी स्पेस पिछे छड़ दिता वट के लाग उसके करके आप छिट्टा दें फिर बाद रूटावेटर पर ਬਿਜਾਈ ਤੋਂ ਬਾਅਦ ਆਪਾਂ ਕਹੀ ਘੁੰਮਾ ਦੂੰਗੇ ਮਾੜੇ ਜਿਹਾ ਚੌਰਸ ਕਰ ਦੂੰਗੇ ਖੇਤ ਐਨ ਖੂੰਜੇ ਚੌਰਸ ਕਰ ਦੂੰਗੇ ਤਾਂ ਐਨ ਦਾਣੇ ਖੇਤ ਵੀ ਹੋਵੇਗੇ ਅਤੇ ਆਪਾਂ ਇੱਕ ਦੋ ਦਿਨ ਦਾ ਹੀ ਕੰਮ ਆ ਬਹੁਤਾ ਇੰਨਾ ਲੰਬਾ ਚੌੜਾ ਕੰਮ ਹੈ ਨਹੀਂ ਕਣਕ ਬਿਜਾਈ ਦਾ ਇਹ ਆਪਣੀ ਠੇਕੇ ਵਾਲੀ ਮੋਟਰ ਆ ਜੀ ਆਪਾਂ ਠੇਕੇ ਪਰ ਲਈ ਜ਼ਮੀਨ ਪਿੰਡ ਦੇ ਬੰਦੇ ਜੋ ਹੈ ਆਪਣੇ ਜੀ ਉਹ ਮੋਟਰ ਹੈ ਜੀ ਬਾਕੀ ਜਿਹੜੀ ਆਪਣੀ ਪੈ ਰਹੀ ਆ ਉਹ ਪਰਾਂ ਹੀ ਮੋਟਰ ਪਿੰਡ ਠੇਕੇ ਪਰ ਕਿੰਨੇ ਕਿੱਲੇ ਹੋ ਜਾਏਗਾ ਠੇਕੇ ਪਰ 6 ਕਿੱਲੇ 10 ਕਿੱਲੇ ਆਪਣੇ ਘਰ ਦੇ ਹੈ 15-16 ਕਿੱਲਿਆਂ ਦੀ ਖੇਤੀ ਕਰਦੇ ਭਾਈ ਉੱਥੇ ਬਾਕੀ ਦੇਖਦੇ ਹਾਂ ਸ਼ਾਇਦ ਗਾਹਾਂ ਨੂੰ ਹੋਰ ਵਧਾਈਏ ਹੋਰ ਲਈਏ ਹੌਲੀ ਹੌਲੀ ਕਰਕੇ ਆਪਾਂ ਨੇ ਆਪਣੀ ਜ਼ਮੀਨ 'ਚ ਹੌਲੀ ਹੌਲੀ ਕਰਕੇ ਬੂਟੇ ਲਾ ਦਾਂਗੇ ਯਾਰ ਬੂਟਿਆਂ ਦਾ ਐਂ ਹੈਗਾ ਪਪੂਲਰ ਦੇ ਇਕੱਠੇ ਪੈਸੇ ਆ ਜਾਂਦੇ ਆ ਫਿਰ ਉਹੀ ਜੁੜਦੇ ਆ ਜਿਹੜੇ ਆਈ ਚਲਾਈ ਆਹ 6 ਮਹੀਨੇ ਬਾਅਦ ਫਸਲ ਆਉਂਦੀ ਇਹਦੇ ਪਰ ਤਾਂ ਜਦੇ ਚੱਲ ਬੇਆ ਸਪਰੇਆਂ ਦੇ ਦਿੱਤੇ ਉਹ ਕਰਸੇ ਦੇ ਦਿੱਤੇ ਤਾਂ ਜਦੇ ਚੱਲ ਜਾਂਦੇ ਆਪਣੇ ਜਿਹੜੀ ਇਕੱਠੀ ਰਕਮ ਆ ਜਾਂਦੀ ਉਹਦਾ ਕੁਛ ਬਣ ਵੀ ਜਾਂਦਾ ਹੈ ਫਿਰ ਇਹਦੇ ਕਰਕੇ ਆਪਾਂ ਹੌਲੀ ਹੌਲੀ ਹਰੇਕ ਸਾਲ ਇੱਕ ਇੱਕ ਕਿੱਲਾ ਇਕੱਠੇ ਨਹੀਂ ਲਾਏ ਆਪਾਂ ਨੇ ਇੱਕ ਇੱਕ ਕਿੱਲਾ ਕਰਕੇ ਆਪਾਂ ਨੇ ਸਾਰੀ ਚ ਲਾ ਦੇਣੇ ਦਾਈ ਹਰੇਕ ਸਾਲ ਪਟਾ ਹੋਈ ਜਾਵੇ 5 ਸਾਲ ਬਾਅਦ 1 ਸਾਲ ਪਟਾਈ ਜਾਵੇ 5-6 ਕਿੱਲੇ ਆਪਾਂ 4-5 ਕਿੱਲੇ ਰੱਖੇ ਕਰਨੇ ਪਪੂਲਰ ਦੇ ਹੁਣ ਆਪਣੇ ਕੋਲ 1.5 ਕਿੱਲਾ ਹੈ
बूटिया का पिछले साल लाया 2 किले हो गए। हाँ किला हूँ गाह ला देना 3 किले हो जाने अपने अपने बंदा भी रखा हुआ अज मजदूर वह भी अपनी बड़ी कम करता खुंजे खांजे गुड़ता मैं छिट्टा दे जाना बीज बूज रलाना है दवाई रलानी है फिर ना हेल्प कराई जाता भी अमना कितने गया अमन गया घर डंगर पानी पुनी पिला था नाले कट वढ़ लिया एक डाक्टर ने आना बीमारी चली साढ़े अज गए डंगर हूँ अरे पहला पिंड च हो गई थी मूह खोर वाली साढ़े भी हो गए 2-3 डंगर बीमार और आए हैं मोड़ पै गया हूँ डैडी कहना भी सब दे लवा दो सारे डंगर सारे टीके लवा दो दिक्कत हो गया दूई न हो जाता है फिर सारे लवा देना अपन बापू कहना मैं सट्ठे चलाना सट्ठे ये हाथ लग्या हो मैं तू ही चला भाई ज्यादा तो यही चला डैडी हूँ कम घटाता डैडी का भी हल्का करता मैं कम आप सामभ लिया हौली हौली बापू का पहला जीरी पानी ला निका छड़न भी नहीं था वह तू घर ही रह नहीं हों भाई घर ही रहना भी ठीक है नहीं इन्ना गुंदा करी जाता आप लगे तो हो क्या हो पहला किराया भी बहुत करता रहा पहला 12 च रूटावेटर ले लिया शायद 11 च हूँ तक डैडी किराए पर बीजता आया 2 साल हो गए हूँ किराया छड़ता अपनी अपनी बीजते हूँ फिर वो करके मैं जिन्ना कुंदा करी जा फिर कल बंदे आए हैं डैडी कहना तू बीज ला फिर घर कम करना औखा हों भाई पिछे तो बीज हो गया कहना वह सड़क के नाले जेड़े बंदे लागा चल ट्रैक्टर उड़ी था लो जी रेह लगे पौन देसी कबूलर च बाकी हुणी आया जी हले पहला होर दे पौंते 2-3 गेड़े लगने बाकी कल पावांगे।
ਕੂਲਰ ਵਾਲੀ ਜਿਹੜੀ ਕਣਕ ਰਹਿੰਦੀ ਉਹਦੇ 'ਚ ਪਹਿਲਾਂ ਰੇਹ ਪਾਉਣਾ ਜੀ ਆਪਾਂ ਦੇਸੀ ਰੇਹ ਲੱਗੇ ਹੁੰਦਾ ਚੱਕਣ ਅਤੇ ਉਹਦੇ ਬਾਅਦ ਫਿਰ ਕਣਕ ਬੀਜਾਂਗੇ ਜੀ ਉਹਦੇ 'ਚ ਬਾਕੀ ਢੇਰ ਘਰੇ ਲਾਇਆ ਬਈ ਆਪਾਂ ਨੇ ਤੁਸੀਂ ਪਹਿਲਾਂ ਵੀ ਦੇਖਿਆ ਹੈ ਪਰਾਂ ਵੀ ਢੇਰ ਲੱਗਿਆ ਵਾ ਬਣਾ ਪਰਲੀ ਸਾਈਡ ਉੱਧਰ ਹੋਰ ਜਗ੍ਹਾ ਫੁੱਲ ਹੈ ਇੱਧਰ ਵਿਹੜੇ 'ਚ ਲਾ ਲਿਆ ਤਾਂ ਬਾਕੀ ਉਹ ਕੱਢ ਦੇਣਾ ਜੀ ਸਾਰਾ ਹੀ ਰੇ ਬਾਕੀ ਗੰਨਾ ਬੀਜਣਾ ਜਿਹੜਾ ਉਹ 'ਚ ਮੁੱਲ ਲਗਾਵਾਂਗੇ ਫਿਰ ਗਾਹਾਂ ਲੱਗੇ ਹੋਏ ਜੀ ਪਾਉਣ ਦੋ ਟਰਾਲੀ ਪਈ ਆ ਜੀ ਅੱਜ ਬਾਕੀ ਕੱਲ੍ਹ ਨੂੰ ਆਊਂਗੇ ਜੀ ਕੱਲ੍ਹ ਨੂੰ ਪਾਉਂਦੇ ਆ ਰਹੇ ਆਪਾਂ ਅਤੇ ਬਾਕੀ ਆਪਣਾ ਕੰਮ ਚੱਲੀ ਜਾਂਦਾ ਅੱਜ ਬਾਪੂ ਨਾਲ ਹੀ ਆਏ ਨਹੀਂ ਜੀ ਮਾਸਟਰ ਨਾਲ ਹੀ ਬਲੌਗ ਜਿਸੀ ਉਹ ਬਲੌਗ ਬਣਾਇਆ ਹੈ ਬਾਕੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਬਲੌਗ ਨੂੰ ਅਤੇ ਸਾਡਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਕਮਿਆਦੀ ਵੀਡੀਓ ਇੱਥੇ ਤੱਕ ਸੀਗੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ।